ਤੈਨੂੰ ਬਹਿਰ ਸੁਪਵਾ ਨਹੀਂ ਸਕਦਾ, ਲੋਕੀ ਸੌਖੀ ਸਾਰ ਨੱਡੀ ਏ ਨੀ, ਤੇਰੇ ਯਾਰ ਨੂੰ ਤਾਂ ਨੰਗ ਬੁਣੇਦਾ, ਚੜ ਗਿਆ ਬੁਖਾਰ ਨੱਡੀ ਏ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ। ਕੁਛ ਟਾਈਮ ਪਹਿਲਾਂ ਦਰਸ਼ਨ ਲੱਖੇਵਾਲਾ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ, ਜਿਸ ਦੇ ਵਿੱਚ ਉਹ ਗਾਣਾ ਗਾ ਰਿਹਾ ਸੀ ਨੰਗ ਬੁਣਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦਰਸ਼ਨ ਲੱਖੇਵਾਲਾ ਨੂੰ ਬੱਬੂ ਮਾਨ ਨੇ ਸਪੋਰਟ ਵੀ ਕੀਤਾ ਸੀ ਤੇ ਨਾਲ ਹੀ ਨਾਲ ਦਰਸ਼ਨ ਲੱਖੇਵਾਲਾ ਦਾ ਇਹ ਗਾਣਾ ਰਿਕਾਰਡ ਵੀ ਕਰਾਇਆ ਸੀ। ਪਰ ਹੁਣ ਦਰਸ਼ਨ ਲੱਖੇਵਾਲਾ ਦਾ ਇਹ ਗਾਇਆ ਹੋਇਆ ਗਾਣਾ ਨੰਗ ਪੁਣਾ ਇੱਕ ਵੱਖਰੇ ਅੰਦਾਜ਼ ਦੇ ਵਿੱਚ ਇੱਕ ਇਨਸਾਨ ਸਟੇਜ ਦੇ ਉੱਤੇ ਗਾਉਂਦਾ ਨਜ਼ਰ ਆ ਰਿਹਾ। ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਟੈਲੈਂਟ ਘੁੱਟ ਘੁੱਟ ਕੇ ਭਰਿਆ ਹੋਇਆ ਤੇ ਅਜਿਹਾ ਟੈਲੈਂਟ ਸਟੇਜ ਦੇ ਉੱਤੇ ਦਿਖਾਉਣਾ, ਇਸ ਬਾਰੇ ਤੁਹਾਡੀ ਕੀ ਰਾਏ ਹੈ? ਤੇ ਦਰਸ਼ਨ ਲੱਖੇਵਾਲਾ ਦੇ ਬੱਬੂ ਮਾਨ ਦੇ ਤੁਸੀਂ ਕਿੰਨੇ ਕੁ ਫੈਨ ਹੋ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਅਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰਟਅਪ। हेलो एवरीवन, माय नेम इज देवा सेठी, आई एम फ्रॉम फगवाड़ा और मैं 25 साल की हूँ। वन ऑफ माय फ्रेंड फ्रॉम जलंधर, उन्होंने मुझे बॉडी फैट के बारे में बताया। सिर्फ 3 महीने यहाँ पे स्पेंड करने के बाद मैंने टोटल वेट लॉस यहाँ पे 16 kg किया है और मेरा इंच लॉस भी 70+ किया है। आई वुड लाइक टू से प्लीज कम हेयर फॉर अ हेल्दी वेट लॉस एंड यू विल सी द रिजल्ट। थैंक यू सो मच।